पानी तो पहले ही बड़ा ही बड़ा नुकसान होया साडे किसान वीरां दा घरां दा पशु विचारियां दे भुख च बैठे रहे ते सारियां फसलां खराब हो गईयां। कुछ एरिया साडा झुग्गियां नत्था सिंह दा मुठियां वाले दा झुग्गियां नूर मोहम्मद दा जिहड़ा इलाका उच्चा ही ਉਹ ਬਚਿਆ ਸੀ। ਆਹ ਜਿਹੜਾ ਕੱਲ ਵਾਲਾ ਪਾਣੀ ਆਇਆ ਇਹ ਜ਼ਿਆਦਾ ਪਾਣੀ ਆਉਣ ਕਰਕੇ ਉਹ ਵੀ ਇਲਾਕਾ ਸਾਰਾ ਝੋਨਾ ਮਾਰਿਆ ਗਿਆ, ਬੜਾ ਨੁਕਸਾਨ ਹੋਇਆ। ਹੁਣ ਅਸੀਂ ਪਰਿਵਾਰਾਂ ਦੇ ਜਿਹੜੇ ਕਈਆਂ ਦੇ ਵਿਚਾਰਿਆਂ ਕੋਲ ਛੋਟੇ ਜਾਨਵਰ ਆ ਜਿਹਨਾਂ ਆਪਦੇ ਘਰ ਦੇ ਰੁਜ਼ਗਾਰ ਲਈ ਬੱਕਰੀਆਂ ਰੱਖੀਆਂ, ਉਹਨਾਂ ਦੀਆਂ ਬੱਕਰੀਆਂ ਵੀ ਅਸੀਂ ਆ ਜਿਹੜੀਆਂ ਆਗਨ ਬੂਟਾ ਇਹਨਾਂ ਦੇ ਉੱਤੇ ਲਿਆ ਕੇ ਬਾਹਰ ਲਿਆ ਰਹੇ ਹਾਂ। ਸਵੇਰ ਦੇ ਬੱਚੇ ਛੋਟੇ ਉਹ ਪਰਿਵਾਰਾਂ ਦੇ ਬੱਚੇ ਲੈ ਕੇ ਆਏ ਹਾਂ। ਹੁਣ ਆਹ ਬੀਬੀਆਂ ਸਾਹਮਣੇ ਆ ਬੰਨ੍ਹ ਦੇ ਦੂਜੇ ਪਾਸੇ ਤੁਸੀਂ ਵੇਖ ਸਕਦੇ ਹੋ ਵੀ ਸਮਾਨ ਲੈ ਕੇ ਇੱਧਰ ਨੂੰ ਲੈ ਕੇ ਆਉਣੀਆਂ ਵਾਂ ਵਾਪਸ, ਅਤੇ ਇੱਕ ਇੱਕ ਜੀ ਦਾ ਜਿਹੜਾ ਪਰਿਵਾਰ ਦਾ ਮੇਨ ਜੀ ਆ ਉਹ, ਕਿਉਂਕਿ ਵੱਡੇ ਡੰਗਰ ਇਹਨਾਂ ਦੇ ਮੱਝਾਂ ਅਤੇ ਗਾਵਾਂ ਅਜੇ ਵੀ ਉੱਧਰ ਨੇ, ਕਿਉਂਕਿ ਘਰ ਛੱਡਣ ਨੂੰ ਜੀ ਨਹੀਂ ਕਰਦਾ। ਪੰਛੀ ਜਾਨਵਰ ਵੀ ਹੋਵੇ ਉਹ ਵੀ ਆਪਦਾ ਘਰ ਨਹੀਂ ਛੱਡਦਾ, ਅਤੇ ਇਨਸਾਨ ਨੇ ਵੇਖੋ ਸਾਰੀ ਉਮਰ ਜੋੜ ਜੋੜ ਕੇ ਆਪਦਾ ਘਰ ਬਣਾਇਆ ਹੁੰਦਾ, ਅਤੇ ਭਾਵੇਂ ਇਹੋ ਜਿਹੀ ਆਫਤ ਵੀ ਆਵੇ ਆਫਤ ਦੇ ਵਿੱਚ ਵੀ ਘਰ ਛੱਡਣ ਨੂੰ ਜੀ ਨਹੀਂ ਕਰਦਾ। ਇਹਨਾਂ ਦੇ ਨਾਲ ਭਰਾਵਾਂ ਦੇ ਨਾਲ ਆ ਅਸੀਂ ਦੁੱਖ ਦੀ ਘੜੀ ਦੇ ਵਿੱਚ। ਹੁਣ ਵੇਖੋ ਵੱਡਾ ਰੱਸਾ ਲੈ ਕੇ ਆਉਂਦਾ ਵੱਡੀ ਬੇਲ, ਇਹਦੇ ਨਾਲ ਅਸੀਂ ਜਿਹੜੇ ਵੱਡੇ ਪਸ਼ੂ ਆ ਇਹਨਾਂ ਦੇ ਵੱਡੇ ਜਾਨਵਰ ਆ ਉਹਨਾਂ ਨੂੰ ਇਕੱਲਾ ਇਕੱਲਾ ਕਰਕੇ ਇੱਧਰ ਲੈ ਕੇ ਆਵਾਂਗੇ। ਆਹ ਸਾਡੇ ਪਰਿਵਾਰ ਨੇ, ਜੋ ਵੀ ਇਹਨਾਂ ਨੂੰ ਅਸੀਂ ਮਦਦ ਕਰ ਸਕਦੇ ਹੋਏ ਵੱਧ ਤੋਂ ਵੱਧ ਮਦਦ ਕਰਾਂਗੇ, ਕਿਉਂਕਿ ਵੇਖੋ ਇਹ ਜਿਹੜੀ ਬਿਪਤਾ ਪਈ ਆ, ਬਿਪਤਾ ਦਾ ਸਮਾਂ ਹੁੰਦਾ ਸਾਰੇ ਇੱਕ ਦੂਜੇ ਦੀਆਂ ਬਾਹਾਂ ਬਣ ਕੇ ਕੱਟਣ, ਅਤੇ ਵੇਖੋ ਮੈਂ ਤਾਂ ਸੇਵਾਦਾਰ ਹਾਂ, ਇਸ ਹਲਕੇ ਦਾ ਨੁਮਾਇੰਦਾ ਹਾਂ, ਮੇਰਾ ਫਰਜ਼ ਵੀ ਬਣਦਾ ਲੋਕਾਂ ਦੇ ਨਾਲ ਲੋਕਾਂ ਦੀਆਂ ਬਾਹਾਂ ਬਣ ਕੇ ਲੋਕਾਂ ਦੇ ਮਸਲੇ ਹੱਲ ਕਰੀਏ। ਦੇਖੋ ਜਿਹੜੇ ਅਸੀਂ ਸ਼ੈਲਟਰ ਹਾਊਸ ਪਹਿਲਾਂ ਹੀ ਬਣਾਏ ਸਕੂਲਾਂ ਦੇ ਵਿੱਚ, 7 ਸ਼ੈਲਟਰ ਹਾਊਸ ਬਣੇ ਆ ਪੱਟੀ ਹਲਕੇ ਦੇ ਵਿੱਚ, ਸਭਰਾ ਸਕੂਲ ਦੇ ਵਿੱਚ, ਕੋਟ ਬੁੱਢੇ ਸਕੂਲ ਦੁਬਲੀ ਦੇ ਵਿੱਚ, ਹਰੀ ਕੇ ਪੰਘਾਲੇ ਅਤੇ ਹੋਰ ਵੀ ਦੁਬਲੀ ਵੀ, ਜਿੱਥੇ ਜਿੱਥੇ ਹੋਰ ਵੀ ਜ਼ਰੂਰਤ ਹੋਵੇਗੀ ਉਹ ਅਸੀਂ ਬਣਾਵਾਂਗੇ। ਅਤੇ ਸਾਰਾ ਇਹਨਾਂ ਦੇ ਖਾਣ ਪੀਣ ਨੂੰ ਸੰਗਤ ਦੇ ਇੰਤਜ਼ਾਮ ਕੀਤਾ ਗਿਆ, ਪਸ਼ੂਆਂ ਵਾਸਤੇ ਚਾਰੇ ਦਾ ਇੰਤਜ਼ਾਮ ਕੀਤਾ ਗਿਆ। ਅਤੇ ਭੈਣਾਂ ਭਰਾਵਾਂ ਨੂੰ ਅਸੀਂ ਅਪੀਲ ਵੀ ਪਹਿਲਾਂ ਹੀ ਕੀਤੀ, ਕੱਲ੍ਹ ਪਰਸੋਂ ਦੀ ਅਪੀਲ ਕੀਤੀ ਸੀ ਕਿ ਸਾਰੇ ਆਪਦੇ ਪਸ਼ੂ ਆਪਦਾ ਪਰਿਵਾਰ ਲੈ ਕੇ ਅਤੇ ਸ਼ੈਲਟਰ ਹਾਊਸਾਂ ਦੇ ਵਿੱਚ ਚੱਲ ਜਾਣ, ਅਤੇ ਪਰ ਲੋਕਾਂ ਨੇ ਦਲੇਰੀ ਕਰਕੇ ਨਹੀਂ ਆਏ ਲੋਕ। ਅਤੇ ਪਰ ਬੇਨਤੀ ਹੁਣ ਵੀ ਮੈਂ ਕਰਦਾ ਭੈਣਾਂ ਭਰਾਵਾਂ ਨੂੰ, ਜਿਹੜੇ ਲੋਕ ਅਜੇ ਵੀ ਵਿੱਚ ਬੈਠੇ ਆ ਉਹ ਆਪਦੇ ਪਸ਼ੂ ਆਪਦੇ ਪਰਿਵਾਰ ਨੂੰ ਲੈ ਕੇ ਜ਼ਰੂਰ ਇੱਧਰ ਆਉਣ। ਹੁਣ ਵੇਖੋ ਪਾਣੀ ਜ਼ਿਆਦਾ ਆ, ਉਹ ਛੋਟੀ ਕੱਟੀ ਲੈ ਕੇ ਆਉਂਦੇ ਪਏ, ਉਹ ਵੇਖੋ ਰੱਸੇ ਨਾਲ ਖਿੱਚਦੇ ਪਏ ਆ, ਅਤੇ ਉਹਦਾ ਪਾਣੀ ਵੀ ਸਾਰਾ ਸਰੀਰ ਪਾਣੀ ਦੇ ਵਿੱਚ ਡੁੱਬਾ, ਅਤੇ ਅਜੇ ਰੱਸਾ ਪਾ ਕੇ ਆਪਾਂ ਖਿੱਚਦੇ ਪਏ ਹਾਂ, ਚਲੋ ਉਹਨੇ ਚਿਰ ਨੂੰ ਪਹੁੰਚ ਜਾਣੀ ਆ, ਨਹੀਂ ਤਾਂ ਜੇ ਜ਼ਿਆਦਾ ਚਿਰ ਡੁੱਬੀ ਰਹਿ ਜਾਏ ਤਾਂ ਵੇਖੋ ਕਿੰਨਾ ਪਾਣੀ ਡੂੰਘਾ ਆ। ਰੱਬ ਵੱਲੋਂ ਹੀ ਬਚਨ ਦੇ ਆ ਨਾ ਅਸਾਰਾ, ਅਤੇ ਹੁਣ ਪਾ ਕੇ ਰੱਸਾ ਖਿੱਚ ਲਿਆ, ਬੇਨਤੀ ਇਹ ਆ ਵੀ ਆਪਾਂ ਪਹਿਲਾਂ ਹੀ ਕੱਢ ਲੈਂਦੇ ਤਾਂ ਇੰਨਾ ਪਾਣੀ ਜਿਹੜਾ ਆਇਆ ਉਹਦੇ ਤੋਂ ਪਹਿਲਾਂ ਹੀ ਆਪਾਂ ਖਤਰੇ ਤੋਂ ਬਾਹਰ ਹੁੰਦੇ ਆਪਣੇ ਪਸ਼ੂ ਆਪਣੇ ਜਾਨਵਰ। ਸਰ ਕਿੰਨੇ ਕੁ ਜਿਹੜੇ ਪਰਿਵਾਰ ਆ ਉਹਨਾਂ ਨੂੰ ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ? ਪਰਿਵਾਰ ਲਗਭਗ ਅੱਜ ਸਵੇਰ ਦੇ ਹੀ ਮੈਨੂੰ ਲੱਗਦਾ 50-60 ਪਰਿਵਾਰ, ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਛੋਟੇ ਡੰਗਰ ਅਸੀਂ ਵਾਰ ਵਾਰ ਅਗਨ ਬੋਰਡ 'ਤੇ ਬਿਠਾ ਕੇ ਇੱਥੇ ਬਾਹਰ ਲੈ ਕੇ ਆਉਂਦੇ ਆ, ਅਤੇ ਹੁਣ ਜਿਹੜੇ ਵੱਡੇ ਡੰਗਰ ਆ ਉਹ ਬੰਨੋ ਪਾਰ ਕਿਸਾਨ ਵੀਰ ਤੈਰ ਕੇ ਆਪਦੇ ਡੰਗਰ ਇੱਥੇ ਲੈ ਆਉਂਦੇ ਆ। ਡਰੇਨ ਆ ਇੱਥੇ ਦੇ ਲਗਭਗ ਕਈ ਥਾਵਾਂ 'ਤੇ 40-40 50-50 ਫੁੱਟ ਡੂੰਘਾਈ ਆ, ਬਾਕੀ ਜਿਹੜਾ ਵੇਚਿਆ ਜਿੱਥੇ ਫਸਲਾਂ ਆ 10-12-15 ਫੁੱਟ ਕਈ ਜਗ੍ਹਾ 'ਤੇ ਪਾਣੀ ਆ, ਪਾਣੀ ਉੱਥੇ ਵੀ ਡੂੰਘਾ, ਅਤੇ ਅੱਜ ਜ਼ਿਆਦਾ ਪਾਣੀ ਆਉਣ ਕਰਕੇ ਬੜੀ ਦਿੱਕਤ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਾਕੀ ਅਸੀਂ ਆਪਦੇ ਪਰਿਵਾਰਾਂ ਦੇ ਨਾਲ ਆ, ਜੋ ਵੀ ਜ਼ਰੂਰਤਾਂ ਪੂਰੀਆਂ ਕਰਨ ਤਰ੍ਹਾਂ ਦੇ ਮਿੰਟੋ ਮਿੰਟ ਆ ਗਏ ਤੂੰ ਲਾਣੀ ਉਧਰ ਤੂੰ ਉਤਰ ਜਾਣਾ ਚੜ ਕੇ ਨਾਲ,
ਸਾਨੂੰ ਰਹਿਣ ਦੋ।